ऐसा नाम निरंजन हो, ऐसा नाम निरंजन हो, ऐसा नाम, ऐसा नाम निरंजन हो। जे को मन जान
Oh,
Yeah.
चित लाई ए मन प्यारिया तू सदा सच संभाले एहो ज्ञान जीवै सदा सदा तेरी भगत होए संसार में सब उस पर निर्भर है।
सरदार अमर सिंह जी जो कि गुरु का अथाह श्रद्धा से प्यार से समर्पित देव सन। तकरीबन तकरीबन 10 ने उन्हें गुरु घर की सेवा में सत्कार होते देखे। सब तो बड़ी गल उन्होंने ये सी कि किसी का सतगुरां के चरणों में अरदास कीती है कि सतगुरु जी कहे कबीर सुनो रे संतो खेत ही करो ना बेरा अब की बात बख्श बंदे को भूलना। सतगुरु जी जीव भुलना वाला जेता सुन सागर की दरिया कितने उगण हमारे दया करो किशमिर बाल कुंदे पत्थर का। सतगुरु जी जीवन सजीव काल अपने चरणा वास बख्शो ते पिछे परवार ना पा। जब कोई कृपी रिश्तेदार इस संसार में चला जाए दुख बहुत होता है पर सतगुरु जी को अमरदास महाराज जी बख्श करते हैं कहते सतगुर भाणे अपने मैं परिवार सदाया मत मैं पिछे कोई रोग शीश होगा। सतगुरु अमरदास महाराज जी ने अपने भक्त अनुसार अपनी सिर सिफतां अपने पास कदर किया हुक्म किया कि कहते जिस मनोठ करके असी इस संसार में आए सन साडा उपकार संपूर्ण हो गया। असी हुण इस संसार विचों उस प्रभु दे चरणां विच जा के पा रहे ते सतगुरु जी ने हुक्म किया कि साडे जाण विचों किसे ने रोणा गुणवाणा नहीं करना मगर कोई भेखे विच रहे ते साडे जाण विच रोणा गुणवाणा करना। सतगुरु कहते
Yeah.
ਸਰਦਾਰ ਸਿੰਘ ਜੀ ਸੰਜੀਵ ਕਾਲੇ ਆਪਣੇ ਚਰਨਾਂ ਵਿੱਚ ਵਸ ਰੁਸ਼ਾਂ ਪਿੱਛੇ ਜਿਨ੍ਹਾਂ ਦੇ ਪਰਿਵਾਰ ਨੂੰ ਭਾਣੀ ਅੰਦਰ ਨਾਮ ਦੀ ਦਾਤ ਸਿੱਖੀ ਵਾਲਾ ਜੀ ਖੁਸ਼ੀ ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ ਸਤਿਗੁਰਾਂ ਦੀ ਬਾਣੀ ਦਾ ਰੋਲ ਹੈ ਗਾਇਨ ਕਰਦਿਆਂ ਸਮੇਂ ਵਿਚਾਰਾ ਕਰਦਿਆਂ ਸਮੇਂ ਬੇਅੰਤ ਹੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰ ਦੇ ਆਪ ਸਦਾ ਬਖਸ਼ਣ ਜੋ ਆਓ ਸਾਰੀ ਸੰਗਤ ਸਿੱਧੀ ਰੂਪ ਚੰਨਣ ਸਭ ਦਾ ਜਾਪ ਕਰੀਏ ਜੀ ਕੋਈ
Bye.
ਸੇਵਾ ਨੂੰ ਆ ਰਹੇ ਸਹਿਣ ਕਾਮਨਾ ਦੀਆਂ ਵਧੀਆ ਸੇਵਾਵਾਂ ਮਿਹਨਤ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਉਹਨਾਂ ਨੂੰ ਬਤੌਰ ਐਕਸੀਅਰ
ਅਰਜ਼ੀ ਦਿੱਤੀ ਗਈ ਅਤੇ ਬਾਅਦ ਜਦੋਂ ਐਸ ਪੀ ਪ੍ਰੋਜੈਕਟ ਪੰਜਾਬ ਦੇ ਅਹੁਦੇ ਤੇ ਧਰਤੀ ਲੈ ਕੇ ਸਿੰਚਾਈ ਵਿਭਾਗ ਪੰਜਾਬ ਦੇ ਚੱਲ ਰਹੇ ਸਮੁੱਚੇ ਪ੍ਰੋਜੈਕਟਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਉਹਨਾਂ ਇਸ ਅਹੁਦੇ ਲਈ ਮਾਣ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਵਿਭਾਗ ਵਿੱਚ ਇਮਾਨਦਾਰ ਬੇਦਾਗ ਅਤੇ ਮਿਹਨਤੀ ਇਨਸਾਨ ਵਜੋਂ ਆਪਣੀਆਂ ਪੈਰਾਂ ਛੱਡੀਆਂ ਅਤੇ ਬੇਟੀ 30/6/1996 ਨੂੰ ਇਸ ਅਹੁਦੇ ਤੋਂ ਸੇਵਾ ਮੁਕਤ ਹੋਏ ਸਿੰਚਾਈ ਵਿਭਾਗ ਦੇ ਵਿੱਚ ਕਰਮਚਾਰੀ ਅਤੇ ਆਮ ਜਨਤਾ ਜੋ ਉਹਨਾਂ ਦੇ ਸੰਪਰਕ ਵਿੱਚ ਆਏ ਅੱਜ ਵੀ ਉਹਨੂੰ ਯਾਦ ਕਰਦੀ ਹੈ ਸਰ ਰਣ ਸਿੰਘ ਗਿੱਲ ਜਿੱਥੇ ਇੱਕ ਬਹੁਤ ਹੀ ਵਧੀਆ ਮਿਹਨਤੀ ਇਨਸਾਨ ਅਤੇ ਨਿਰਭਰ ਸੋਚ ਦੇ ਮਾਲਕ ਸਨ ਉੱਥੇ ਨਾਲ ਹੀ ਧਾਰਮਿਕ ਤੌਰ ਤੇ ਵੀ ਉਹ ਇੱਕ ਪ੍ਰਤੱਖ ਇਨਸਾਨ ਸਨ ਨਿਤਨੇਮ ਅਤੇ ਸੇਵਾ ਉਹਨਾਂ ਦੀ ਜ਼ਿੰਦਗੀ ਦਾ ਸ਼ੁਰੂ ਹੋਏ ਅੰਤ ਹਿੱਸਾ ਘਰ ਨਿਤਨੇਮ ਤੋਂ ਇਲਾਵਾ ਗੁਰਦੁਆਰਾ ਸਿੰਘ ਡੂੰਘਰਾ ਅਨੁਸਾਰ ਪਟਿਆਲਾ ਵਿਖੇ ਜ਼ਿਆਦਾ ਗੁਰਬਾਣੀ ਸਰਵਣ ਕਰਨ ਤੋਂ ਇਲਾਵਾ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਵੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਸੀ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸਹੀ ਸੇਧ ਦੇਣ ਨਾਲ ਦੇ ਨਾਲ ਨਾਲ ਉਹਨਾਂ ਦਾ ਸਹਿ ਸੁਭਾਅ ਨਿਮਰਤਾ ਅਤੇ ਨੇਕਾ ਹੋਰ ਗੁਣ ਸਨ ਜੋ ਇੱਕ ਆਮ ਇਨਸਾਨ ਵਿੱਚ ਨਹੀਂ ਦੇਖੇ ਜਾ ਸਕਦੇ ਉਹਨਾਂ ਦੀ ਉੱਚੀ ਅਤੇ ਸੁੱਚੀ ਸੋਚ ਸਕਦਾ ਹੈ ਅੱਜ ਉਹਨਾਂ ਦੇ ਵੱਡੇ ਸਪੁੱਤਰ ਸਰਦਾਰ ਗੁਰਜੀਤ ਸਿੰਘ ਗਿੱਲ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਵਿੱਚ ਬਤੌਰ ਨੇਤਾਕਾਰ ਸੇਵਾ ਨਿਭਾ ਰਹੇ ਹਨ ਅਤੇ ਛੋਟੇ ਸਪੁੱਤਰ ਸਰਦਾਰ ਸੁਖਬੀਰ ਸਿੰਘ ਜੀ ਗਿੱਲ ਮਿਲਫੈਡ ਪੰਜਾਬ ਦੇ ਵਿੱਚ ਬਤੌਰ ਜਨਰਲ ਮੈਨੇਜਰ ਅਮਰੀਕਾ ਮਿਲਕਾ ਸੰਗਰੂਰ ਵਿਖੇ ਤਾਇਨਾਤ ਹਨ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਨੂੰ ਰਜਵਾਹ ਰੋਡ ਪਟਿਆਲਾ ਵਿਖੇ ਆਪਣੇ ਮਕਾਨ ਵਿੱਚ ਆਪਣੇ ਵੱਡੇ ਸਪੁੱਤਰ ਅਤੇ ਦਲ ਪਤਨੀ ਬੀਬੀ ਮਾਨਵਿੰਦਰ ਕੌਰ ਜੀ ਨਾਲ ਰਹਿ ਰਹੇ ਸਨ ਅਤੇ ਬੀਬੀ 24/4/16 ਨੂੰ ਉਹ ਜ਼ਿਆਦਾ ਦੀ ਤਰ੍ਹਾਂ ਸਵੇਰੇ ਨਿਤਨਾਮ ਨਿਤਨੇਮ ਕਰਨ ਲਈ ਤਿਆਰ ਹੋ ਰਹੇ ਸਨ ਤਾਂ ਉਸ ਸਮੇਂ ਆਪ ਉੱਠੇ ਭਾਣੇ ਅੰਦਰ ਸਵੇਰੇ 5 ਵਜੇ ਦੇ ਤਕਰੀਬਨ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਗਲਾ ਆ ਕੇ ਗੁਰੂ ਚਰਨਾਂ ਵਿੱਚ ਜਾਣ ਰਾਜੇ ਹਨ ਸਾਨੂੰ ਇੱਥੇ ਇਹੋ ਉੱਚੇ ਅਤੇ ਸੁੱਚੇ ਆਚਰਨ ਵਾਲੇ ਵਿਅਕਤੀਆਂ ਤੋਂ ਆਪਣਾ ਜੀਵਨ ਸਵਾਰ ਲਈ ਸਿਰ ਲੈਣ ਦੀ ਲੋੜ ਹੈ ਇਹ ਉਹਨਾਂ ਦਾ ਪਸ਼ੋਕਰ ਸੀ ਤੇ ਵੈਸੇ ਤਾਂ ਚੰਦ ਬੰਦਿਆਂ ਦੀ ਜਿਹੜੀ ਹੈਗੀ ਉਸ ਦੇ ਜ਼ਿਕਰ ਕਰਾਂਗਾ ਤੇ ਦੋ ਸ਼ਖਸੀਅਤ ਇੱਕ ਸਰਦਾਰ ਗੁਰਵਿੰਦਰ ਸਿੰਘ ਜੀ ਢੀਂਡਸਾ ਉਹਨਾਂ ਨੂੰ ਕੋਈ ਜ਼ਰੂਰੀ ਜਵਾਬ ਸੀ ਜੋ ਪੰਜਾਬ ਦੇ ਵਿੱਤ ਮੰਤਰੀ ਪੰਜਾਬ ਸਰਕਾਰ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਗਏ ਨੇ ਤੇ ਜ਼ਰੂਰੀ ਨਿੱਜੀ ਕਾਰਨ ਕਰਕੇ ਉਹਨਾਂ ਨੂੰ ਜਾਣਾ ਪੈ ਗਿਆ ਤੇ ਇੱਥੇ ਤਸ਼ਰੀਫ ਲੈ ਗਏ ਸਰਦਾਰ ਅਮਰਜੀਤ ਸਿੰਘ ਸਿੱਧੂ ਚੇਅਰਮੈਨ ਮਿਲਫੈਡ ਪੰਜਾਬ ਸਰਦਾਰ ਕੌਰ ਸਿੰਘ ਜੁਆਇੰਟ ਮਿਨਿਸਟਰ ਫਿਰੋਜ਼ਪੁਰ ਡਿਵੀਜ਼ਨ ਸ੍ਰੀ ਜੋਸ਼ੀ ਜੀ ਡੀਆ ਸੰਗਰੂਰ ਮਿਲਕਾ ਸੰਗਰੂਰ ਤੇ ਮਿਲਫੈਡ ਪੰਜਾਬ ਦੇ ਬੋਰਡ ਆਫ ਡਾਇਰੈਕਟਰ ਸਾਰੇ ਡਾਇਰੈਕਟਰ ਸਾਹਿਬਾਨ ਮਿਲਫੈਡ ਪੰਜਾਬ ਤੋਂ ਪਹੁੰਚੇ ਸਮੁੱਚੇ ਸੀਨੀਅਰ ਅਫਸਰ ਸਾਹਿਬਾਨ ਸ੍ਰੀ ਅਰਵਿੰਦਰ ਕੁਮਾਰ ਸ਼ਰਮਾ ਪ੍ਰਧਾਨ ਅਕਾਲੀ ਨੇ ਨਾਭਾ ਸਰਦਾਰ ਰਵੀ ਖਹਿਰਾ ਜੀ ਸੀਨੀਅਰ ਅਕਾਲੀ ਲੀਡਰ ਨੇ ਯੂਥ ਵਿੰਗ ਦੇ ਪਟਿਆਲੇ ਦੇ ਪ੍ਰਧਾਨ ਨੇ ਸ਼ੋਕ ਬੰਦਾ ਸਰਦਾਰ ਅਮਰਜੀਤ ਸਿੰਘ ਜੀ ਕੀਰਤੂ ਸਾਹਿਬ ਪ੍ਰਧਾਨ ਦਰਬਾਰ ਮੰਡਲ ਸੰਗਰੂਰ ਤੋਂ ਆਇਆ ਨੇਕ ਸਿੰਘ ਜੀ ਗੁਆਰਾ ਚੇਅਰਮੈਨ ਧਾਰਮਿਕ ਕਮੇਟੀ ਅੰਮ੍ਰਿਤਸਰ ਤੇ ਪਰਿਵਾਰ ਦਾ ਮੁਕਸਰ ਜਾ ਕੇ ਆਇਆ ਨੇ ਉਹ ਆਪਣਾ ਸਾਹਿਬ ਵੇਦ ਸਿੰਘ ਜੀ ਕਾਵਾ ਸਾਬਕਾ ਮੰਤਰੀ ਸਾਹਿਬ ਸਾਹਿਬ ਜਿੰਦਰਪਾਲ ਸਿੰਘ ਜੀ ਸੰਧੂ ਉਹ ਵੀ ਸਾਂਝਾ ਕਰਦੇ ਗਏ ਨੇ ਐਮ ਸੀ ਸਾਹਿਬ ਹੈਦਰ ਸਿੰਘ ਚਾਹਰ ਜਨਰਲ ਸੈਕਟਰੀ ਗਰੁੱਪ ਕਾਲੀ ਦਲ ਪਟਿਆਲਾ ਤੇ ਬਾਕੀ ਸਾਰਿਆਂ ਦਾ ਨਾਮ ਮੈਂ ਸਤਿਗੁਰੂ ਆਪ ਜਾਣਦੇ ਨੇ ਬਹੁਤ ਸਾਰੇ ਸੇਵਾ ਕਰਦੇ ਮੌਜੂਦਾ ਤੇ ਸੇਵਾ ਮੁਕਤ ਅਫਸਰ ਸਾਹਿਬਾਨ ਵੱਖੋ ਵੱਖ ਮਹਿਕਮਿਆਂ ਵਿੱਚੋਂ ਉਹ ਵੀ ਤਸ਼ਰੀਫ ਲੈ ਗਏ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ ਉਹ ਤਸ਼ਰੀਫ ਲਿਆ ਗਏ ਸਾਰੇ ਰਿਸ਼ਤੇਦਾਰ ਸਾਥ ਸੰਬੰਧੀ ਮਿੱਤਰ ਦੋਸਤ ਇਸ ਮੁੱਦੇ ਘੜੀ ਪਰਿਵਾਰ ਦਾ ਹਮਦੀ ਦਾ ਹਮਦਰਦੀ ਦਾ ਇਜ਼ਹਾਰ ਕਰਨ ਆਏ ਨੇ ਤੇ ਮੈਂ ਹੁਣ ਬੇਨਤੀ ਕਰਦਾ ਕਿ ਸਰਦਾਰ ਰਜਿੰਦਰ ਸਿੰਘ ਜੀ ਜੋ ਸਰਦਾਰ ਨਾਮ ਸਿੰਘ ਜੀ ਸਾਬਕਾ ਮੰਤਰੀ ਪੰਜਾਬ ਦੇ ਬੇਟੇ ਨੇ ਉਹ ਆਉਣ ਤੇ ਸਵੈਵਾਸੀ ਸਾਹਿਬ ਅਮਰ ਸਿੰਘ ਜੀ ਗਿੱਲ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਇਸ ਤੋਂ ਬਾਅਦ ਕੇਵਲ ਤੇ ਕੇਵਲ ਸਰਦਾਰ ਅਮਰਜੀਤ ਸਿੰਘ ਜੀ ਸਿੱਧੂ ਜੋ ਬਾਅਦ ਫਿਰ ਫਿਰ ਦੇ ਸਹਿਕਾਰੀ ਦਾ ਹੈ ਉਹਦੇ ਚੇਅਰਮੈਨ ਨੇ ਉਹ ਪਰਿਵਾਰ ਵੱਲੋਂ ਆਈ ਸੰਗਤ ਦਾ ਧੰਨਵਾਦ ਕਰਨਗੇ ਤੇ ਰਜਿੰਦਰ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੈਠੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
इस शोकमय घटने में आप सारे बड़े बड़े ब्रह्मान के नाल इकट्ठे हुए हैं। साडे बुजुर्ग सरदार हरमन सिंह जी पटेल साहब जो कुछ दिन पहला छोड़ा दे के अकाल पुरख महाराज के चरणा च जा विराजे ने, अज सारे ही वख वख पार्टियां के नुमाइंदे पंजाब के वख वख डिपार्टमेंट्स के ऑफिसर साहबान धार्मिक जथेबंदियों के वख वख समूह बहुत ही वड्डे इकट्ठ के रूप के विच असी अज उन्होंने श्रद्धा के फुल भेट कर बड़ा कुछ दिल साहब वास्ते दसिया गया। बहुत वड्डा इतिहास है, एक बहुत वड्डी देन, बहुत वड्डी सेध, बहुत वड्डी सेवा करके वो साडे तो विछड़ के गए है। जिस तरह कले आवे नानका सतगुरु जी ने महाभारत के अनुसार जदों अकाल पुरख महाराज का सदा आ जाता है, बुलावा आ जाता है, सो जो भी समा बख्शिश किया होंगे अकाल पुरख ने पूरा करने तो बाद हरेक इंसान उस दुनिया को जाना पैदा, पर हरेक इंसान ने जान का यह जड़ा जाना है खेल साहब का यह बहुत ही सानू सेध दिंदा, सानू दसदा है कि जिहड़ा पूर्ण जीवन है इंसान का वो किस तरह का हो सकता है। पूरी गुरसिखी के नाल जड़ के जुड़ के पूरी अपनी तनदेही के नाल जिहड़ी अपनी गवर्नमेंट की सर्विस की है, फिर सेवा की है समाज की, तो एक बहुत वधिया पिछे परिवार छड के गए है। सो मेरी अकाल पुरख महाराज के चरणा च अरदास है कि वह जिथे भी मौन चढ़ती कला के मौन ते अकाल पुरख महाराज के पाड़ा मनन की संदान बख्शन। इन्हें शब्दों के नाल बहुत बहुत धन्यवाद। वाहिगुरू जी का खालसा, श्री वाहिगुरू जी की फतह। सिंह जी बिल साहब श्रद्धा के फूल भेंट करना है। बहुत भारी गिनती के भैनों भरावो साहिबाल की सेवा के वाहिगुरू जी का खालसा, वाहिगुरू जी की फतह। ਮਾਵੀ ਸਾਹਿਬ ਨੇ ਗਿੱਲ ਸਾਹਿਬ ਬਾਰੇ ਔਰ ਗਿੱਲ ਪਰਿਵਾਰ ਬਾਰੇ ਬਹੁਤ ਵਿਸਥਾਰ ਦੇ ਵਿੱਚ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ ਔਰ ਗਿੱਲ ਸਾਹਿਬ ਦੀ ਸ਼ਖਸੀਅਤ ਕਿੰਨੀ ਅਜ਼ੀਮ ਸੀ, ਉਹਨਾਂ ਦੇ ਪਰਿਵਾਰ ਦਾ ਸਮਾਜਿਕ ਦਾਇਰਾ ਸੋਸ਼ਲ ਸਰਕਲ ਇੰਨਾ ਵਸੀ ਹੈ, ਇਸ ਦਾ ਅੰਦਾਜ਼ਾ ਅੱਜ ਦੇ ਭਾਰੀ ਇਕੱਠ ਤੋਂ ਔਰ ਜਿਸ ਦਿਨ ਤੋਂ ਉਹ ਸਾਨੂੰ ਛੱਡ ਕੇ ਗਏ ਨੇ ਉਸ ਦਿਨ ਤੋਂ ਲਗਾਤਾਰ ਸਮਾਜ ਦੇ ਹਰ ਵਰਗ ਦੇ ਸਾਡੇ ਕੋਲ ਜਿਹੜੇ ਹੈ ਸਾਰੇ ਲੀਡਰ ਔਰ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਆ ਕੇ ਗਿੱਲ ਪਰਿਵਾਰ ਦਾ ਦੁੱਖ ਮਨਾਉਂਦੇ ਨੇ। ਇਹ ਚੀਜ਼ਾਂ ਇੱਕ ਦਿਨ 'ਚ ਨਹੀਂ ਬਣਦੀਆਂ, ਸਾਰੇ ਜੀਵਨ ਦੀ ਉਹਨਾਂ ਦੀ ਕਮਾਈ ਗਿੱਲ ਸਾਹਿਬ ਦੀ ਬਚਪਨ ਤੋਂ ਲੈ ਕੇ ਇੱਕ ਵਧੀਆ ਐਜ ਫਾਦਰ ਐਜ ਹਸਬੈਂਡ ਔਰ ਇੱਕ ਬਹੁਤ ਵਧੀਆ ਸਰਵਿਸ ਦੇ ਵਿੱਚ ਆਪਣਾ ਸ਼ਾਨਦਾਰ ਰਿਕਾਰਡ ਕਾਇਮ ਕਰਕੇ ਗਏ ਨੇ ਔਰ ਉਸ ਦੇ ਨਾਲ ਨਾਲ ਇੱਕ ਬਹੁਤ ਨੇਕ ਅਤੇ ਵਧੀਆ ਇਨਸਾਨ ਸੀ। ਪੂਰੀ ਸਰਵਿਸ ਵਧੀਆ ਸ਼ਾਨ ਨਾਲ ਕੀਤੀ। ਉਸ ਤੋਂ ਬਾਅਦ ਜਿਸ ਦਿਨ ਤੋਂ ਰਿਟਾਇਰ ਹੋਏ ਗੁਰੂ ਘਰ ਦੇ ਨਾਲ ਪਹਿਲਾਂ ਵੀ ਜੁੜੇ ਸੀ ਅਤੇ ਪੂਰੀ ਤਰ੍ਹਾਂ ਨਾਲ ਸਮਰਪਿਤ ਹੋ ਕੇ ਗੁਰੂ ਘਰ ਦੀ ਸੇਵਾ ਸਿਰ 'ਤੇ ਟੋਕਰੀ ਚੱਕ ਕੇ ਗਿੱਲ ਸਾਹਿਬ ਨੇ ਸੇਵਾ ਕੀਤੀ ਦਰਬਾਰ ਸਾਹਿਬ ਜਾਤੇ ਦੁੱਖ ਨਿਵਾਰਨ ਸਾਹਿਬ ਔਰ ਆਪਣੇ ਪਿੱਛੋਂ ਆਪਣੇ ਪਰਿਵਾਰ ਨੂੰ ਵੀ ਇੱਕ ਬਹੁਤ ਵਧੀਆ ਸੰਸਕਾਰ ਦੇ ਕੇ ਗਏ ਨੇ। ਉਹਨਾਂ ਦੇ ਦੋਨੋਂ ਬੇਟੇ ਬਹੁਤ ਵਧੀਆ ਸਰਵਿਸ ਕਰ ਰਹੇ ਨੇ। ਗਿੱਲ ਸਾਹਿਬ ਜਿਹੜੇ ਕਿ ਜਿਹਨਾਂ ਨਾਲ ਮੈਂ ਕੰਮ ਕਰਦਾ, ਇੱਕ ਬਹੁਤ ਹੀ ਵਧੀਆ ਹੋਣਹਾਰ ਐਫੀਸ਼ੀਐਂਟ ਔਰ ਇੱਕ ਕਾਬਲ ਇਮਾਨਦਾਰ ਅਤੇ ਮਿਹਨਤੀ ਅਫਸਰ, ਕੋਈ ਡਿਊਟੀ ਦਿੱਤੀ ਜਾਵੇ ਉਹਨਾਂ ਨੂੰ
बड़ी खुशी खिड़े मत्थे काम करने वाला हो सकता है। और ये जड़िया चीजा ये माँ बाप तो ही आदि है और ये संस्कार जोड़े है उन्होंने गिल साहब ने इन्होंने अज समाज के सारे सारे दायर पोलीटिकल लीडर साहब परमिंदर सिंह ढींसा आके गए ने। उस तो बाद काका रजिंदर सिंह ने उन्होंने शब्दों के फुल भेंट किए है। दूसरे सियासी लीडर भी उस दिन तो ही आने लगे ने। असी सारे का तह दिल को धन्यवाद करते उसके वेरका परिवार के मेरे साथी डायरेक्टर साहबान संगरूर तो अमृतसर तो और दूजे जिले तो सारे तो आए हुए हैं। हेड ऑफिस के साथ ऑफिसर सारे आए हुए हैं और जिले पद्धर के ऑफिसर उन्होंने एसोसीएट सारे अब हाजिरी भर रहे हैं। और उस दिन तो ही जलों जो गए ने गिल साहब उस दिन तो परिवार के लिए सेवा कर रहे। मैं सारे का इन्हों का बहुत हार्दिक धन्यवाद करता जी कहना उन्होंने गिल परिवार वर्गियों बहुत बहुत धन्यवाद करता। उस दे नाल सोसायटी के समाजिक दायरे के एडमिनिस्ट्रेशन के पुलिस ऑफिसर साहबान बैठे ने दूसरे प्रमुख शख्सियत सारिया हाजरियां भर रही हैं। मैं सारे का गिल परिवार वर्गियों जी आया भी कहना उन्हों का बहुत बहुत धन्यवाद करता कि गिल साहब के इस गिल परिवार के जो शोक समय के दुख की घड़ी के शामिल होकर उन्होंने दुख वंडाया दुख कंडा कटाया। तो सारे की सेवा के बेनती है कि गुरु का लंगर तैयार है सारे छक के जायो इस होर सुकून मिलेगा। बहुत बहुत धन्यवाद। वाहेगुरू जी का खालसा वाहेगुरू जी। परिवार वालों बहुत बहुत धन्यवाद। उन्होंने बड़े परिवार गुरु शब्द का धन्यवाद किया। एक शोक बता संगरूर प्लांट वर्कर यूनियन संगरूर वालों आया उन्होंने भी गिल साहब की अकाल चलाने से हमदर्दी का इजहार किया परिवार न। ऐसा नाम है ऐसा नाम निरंजन हो। आओ सारे मिल करके इस शब्द का गायन